ਹੁਣ ਪਾਨੇ ਅਗਲੀ ਖਬਰ ਦੇ ਵੱਲ ਚਲਕ ਯੂਨਾਈਟਿਡ ਪੰਜਾਬੀ ਐਸੋਸੀਏਸ਼ਨ ਅਤੇ ਮੈਰੀਲੈਂਡ ਕਲੱਬ ਵੱਲੋਂ ਲੋਕ ਸੰਗੀਤ ਅਤੇ ਪੰਜਾਬੀ ਸੱਭਿਆਚਾਰ ਨੂੰ ਦਰਸਾਉਂਦੀਆਂ ਹੋਈਆਂ ਤਸਵੀਰਾਂ ਕੈਦ ਕੀਤੀਆਂ ਗਈਆਂ ਹਨ। ਇਹ ਰਿਪੋਰਟ ਸਾਡੇ ਸਹਿਯੋਗੀ ਸਰਮੁਖ ਸਿੰਘ ਮਣਕੂ ਨੇ ਕੀਤੀਆਂ ਹਨ। ਇਸ ਪ੍ਰੋਗਰਾਮ ਦੇ ਵਿੱਚ ਸਤਿੰਦਰ ਸੱਤੀ ਅਤੇ ਉਸ ਦੇ ਨਾਲ ਮਿਸ ਪੂਜਾ, ਹਰਭਜਨ ਮਾਨ ਅਤੇ ਸਿੱਧੂ ਮੂਸੇਵਾਲਾ ਇਹ ਆਰਟਿਸਟ ਜਿਹੜੇ ਸੀਗੇ ਇਹ ਪਹੁੰਚੇ ਸਨ, ਜਿਨ੍ਹਾਂ ਨੇ ਉੱਥੇ ਲੋਕਾਂ ਦਾ ਮਨੋਰੰਜਨ ਕੀਤਾ। ਕੀ ਕੁਝ ਕੈਦ ਹੋਇਆ ਸਾਡੇ ਇਸ ਕੈਮਰੇ ਦੇ ਵਿੱਚ, ਆਓ ਪਾਉਂਦੇ ਇੱਕ ਝਲਕ। To once again be here for the Punjabi Mela. You know, it's wonderful to educate, empower, excel. That is what this community does. And it's a privilege for me to work with you and for you. And know that you always have a seat at the table with us. ਕਿ 1980 ਤੋਂ ਲੈ ਕੇ ਅੱਜ ਤੱਕ ਅਗਰ ਮਾਈਨੋਰਿਟੀਜ਼ ਦੀ ਬਾਂਹ ਕਿਸੇ ਨੇ ਫੜੀ ਹੈ, ਅਗਰ ਹੱਕ ਸੱਚ ਲਈ ਕੋਈ ਕਾਂਗਰਸ ਦੇ ਹਾਲ ਦੇ ਵਿੱਚ ਲੜਿਆ ਹੈ ਤੇ ਡੈਮੋਕ੍ਰੈਟਸ ਨੇ, ਹੋਰ ਕੋਈ ਪਾਰਟੀ ਨੇ ਇੱਥੇ ਕੁਝ ਨਹੀਂ ਕੀਤਾ। I'm Jennifer Wexton, Virginia State Senator and candidate for Congress in Virginia's 10th district. I'm proud to have served the people of Northern Virginia for the past 4 years in the state senate, and I'm proud to have worked on issues like making sure everyone has access to quality, affordable health care. All the way from Brampton, Canada, meri teen meri bachi Dalsha. Oh mud mud nad nad ha jo giya mera sabni pinne veene mud ha jo giya mera sabni pinne veene ਸੋ ਉਹ ਪੰਜਾਬ ਮੈਂ ਸਮਝਾ ਕਿ 150 ਤੋਂ ਵੱਧ ਮੁਲਕਾਂ 'ਚ ਵਸਿਆ ਹੋਇਆ ਪੰਜਾਬ। ਅਤੇ ਮੈਂ ਆਸਟ੍ਰੇਲੀਆ ਵਿੱਚ ਗਿਆ ਅਤੇ ਉੱਥੇ ਇੱਕ ਦੋਸਤ ਨੇ ਬਹੁਤ ਸੋਹਣੀ ਗੱਲ ਕੀਤੀ, ਕਹਿੰਦਾ ਕਿ ਹੁਣ ਪੰਜਾਬੀ 5 ਦਰਿਆਵਾਂ ਦੀ ਬੋਲੀ ਨਹੀਂ ਰਹੀ, ਇਹ 7 ਸਮੁੰਦਰਾਂ ਦੀ ਬੋਲੀ ਬਣ ਗਈ ਹੈ। ਇਹਦੀ ਆਵਾਜ਼ 7 ਸਮੁੰਦਰਾਂ ਤੋਂ ਪਾਰ ਵੀ ਸੁਣਦੀ ਹੈ। ਸੁਣਦੇ ਸੁਣਦੇ ਰਾਹਾਂ ਵਿੱਚ ਕੋਈ ਕੋਈ ਪੈਰ ਏ, ਦਿਲ ਹੀ ਉਦਾਸ ਏ ਜੀ, ਬਾਕੀ ਸਭ ਖੈਰ ਏ। ਕੁਝ ਕਿਹਾ ਤਾਂ ਹਨੇਰਾ ਜਲੇਗਾ ਕਿਵੇਂ, ਚੁੱਪ ਰਿਹਾ ਤਾਂ ਸ਼ਮਾ ਦਾਇਮ ਕੀ ਕਹਿਣਗੇ। ਸਾਡੀ ਜ਼ਿੰਦਗੀ ਦੀ ਕਵਿਤਾ A to Z ਆਪਾਂ ਕਹਿੰਦੇ ਹਾਂ, ਸਾਡਾ ਸਾਰਾ ਜੀਵਨ ਇਹਨਾਂ ਦੀ ਕਵਿਤਾ ਦੇ ਵਿੱਚ ਪਰੋਇਆ ਹੋਇਆ ਕਿਸੇ ਨਾ ਕਿਸੇ ਤਰੀਕੇ ਨਾਲ। ਸੋ ਜ਼ਿਆਦਾ ਸਮਾਂ ਨਹੀਂ ਮੈਂ ਲੈਂਦਾ, ਮੈਂ ਇੱਕ ਦੋ ਅਨਾਊਂਸਮੈਂਟ ਕਰਨੀ ਚਾਹਾਂਗਾ। ਇੱਕ ਤਾਂ ਮੈਨੂੰ ਪਤਾ ਲੱਗਾ ਕਿ ਜੋ ਪੰਜਾਬੀ ਅਤੇ ਪੰਜਾਬੀ ਕਲੱਬ ਮੈਰੀਲੈਂਡ ਦੀ ਜਿਹੜੀ ਟੀਮ ਹੈ, ਉਹਨਾਂ ਦਾ ਧੰਨਵਾਦ ਉਹਨਾਂ ਨੇ ਗੋਲਡ ਮੈਡਲ ਨਾਲ ਪਾਤਰ ਸਾਹਿਬ ਨੂੰ ਸਨਮਾਨਿਤ ਕਰਨ ਲਈ ਜਿਵੇਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਮੈਂ ਉਹਨਾਂ ਨੂੰ ਅੱਗੇ ਆ ਕੇ ਬੋਲੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਅੱਜ ਸਾਡੇ ਵਿਚਕਾਰ ਜਿਹੜੇ ਸਾਹਿਤਕਾਰ ਸਾਡੀ ਧਰਤੀ ਤੋਂ ਉੱਠ ਕੇ ਅੱਜ ਆਏ ਨੇ, 5 ਸਮੁੰਦਰੋਂ ਪਾਰ ਆਏ ਨੇ, ਜਿਨ੍ਹਾਂ ਨੂੰ ਇਹਨਾਂ ਦੀ ਕਲਮ ਦੇ ਵਿੱਚ ਇੱਕ ਇੰਨਾ ਜ਼ੋਰ ਹੈ ਜਿਹੜੇ ਕਿ ਸਾਰੀ ਸਟੇਟ ਅਤੇ ਸਾਰੇ ਭਾਰਤ ਦਾ ਨਕਸ਼ਾ ਇੱਕ ਕਲਮ ਦੇ ਅੰਦਰ, ਇੱਕ ਕਵਿਤਾ ਦੇ ਅੰਦਰ ਲਿਆ ਕੇ ਰੱਖ ਦਿੰਦੇ ਹਨ।
ਟੀਵੀ ਵਾਲੇ ਕਮਰੇ 'ਚ ਬੈਠ ਪੈਂਦੀਆਂ ਸਭਾਤਾਂ ਸੀ, ਹੁੰਦਾ ਸੀ ਟੀਵੀ ਕਿੱਥੇ, ਬਸ ਦਾਦੀ ਦੀਆਂ ਬਾਤਾਂ ਸੀ। ਜ਼ੋਰਦਾਰ ਤਾੜੀਆਂ ਦੇ ਨਾਲ ਪੰਜਾਬੀ ਗਾਇਕੀ ਦਾ ਮਾਣ ਮਿਸ ਪੂਜਾ। ਲਓ ਜੀ ਤਾੜੀਆਂ ਮਾਰਦੇ ਮਿਸ ਪੂਜਾ ਨੇ। ਇਸਾ ਵਿਸ਼ਵਾਸ ਨਹੀਂ ਹੁੰਦਾ, ਉਹਨਾਂ ਤਾਨਾਂ ਦਾ ਕੋਈ ਇਤਿਹਾਸ ਨਹੀਂ ਹੁੰਦਾ। ਮਿਸ ਪੂਜਾ ਪੰਜਾਬੀ ਗਾਇਕੀ ਦੀ ਉਹ ਕੁੜੀ ਜਿਸਨੇ ਇਤਿਹਾਸ ਦੇ ਚਾਰ ਪੰਜ ਪੰਨੇ ਆਪਣੇ ਨਾਂ ਤੇ ਕੀਤਾ ਹੈ। ਸੋ ਬਹੁਤ ਸਾਰੇ ਫਨਕਾਰ ਆਉਣਗੇ, ਪਰ ਮਿਸ ਪੂਜਾ ਬਣਨਾ ਬੜਾ ਔਖਾ। ਜ਼ੋਰਦਾਰ ਤਾੜੀਆਂ ਦੇ ਨਾਲ ਪੰਜਾਬੀ ਗਾਇਕੀ ਦਾ ਮਾਣ ਮਿਸ ਪੂਜਾ। ਥੈਂਕ ਯੂ ਜੀ। ਇੱਕ ਵਾਰ ਤੁਸੀਂ ਵੀ ਜੋ ਆਪਣਾ ਨਾਮ ਬਣਾਇਆ ਨਾ, ਉਹ ਕੋਈ ਹੋਰ ਨਹੀਂ ਬਣਾ ਸਕਦਾ। ਇੱਕ ਵਾਰ ਸਤੀ ਸਿੰਘ ਮੈਂ ਤਾਂ ਜ਼ੋਰਦਾਰ ਤਾੜੀਆਂ ਪਲੀਜ਼। ਵਨ ਐਂਡ ਓਨਲੀ। ਸੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਆਂਦੇ ਨਹੀਂ ਹੋਵੇ ਨਾ, ਇੱਥੇ ਇੱਕ ਛੋਟੇ ਛੋਟੇ ਦੋ ਪਿਆਰੇ ਪਿਆਰੇ ਬੱਚੇ ਖੜੇ ਆ। ਜ਼ਿੰਦਗੀ ਭਰ ਮਾਂ ਦੀ ਲੋਰੀ, ਮਾਂ ਦੀ ਦੁਆ, ਮਾਂ ਦੀ ਅਸੀਸ ਮਿਲਦੀ ਹੈ। ਤੂੰ ਤਾਂ ਮਾਤਾ ਕੀ ਅਸੀਸ। ਮੇਰੀ ਸਭ ਤੋਂ ਪਹਿਲੀ ਪੰਜਾਬੀ ਫਿਲਮ ਜੀਐਨ ਦੇ ਵਿੱਚੋਂ ਇਹ ਖੂਬਸੂਰਤ ਗੀਤ ਕਿ ਮਾਮਾ 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 ਮਾਂ ਜੰਨਤ ਦਾ ਪਰਛਾਵਾਂ, ਔਰ ਤੁਹਾਡੀ ਮਾਂ ਜਿੱਥੇ ਵੀ ਇੱਕ ਵਾਰੀ ਜ਼ੋਰਦਾਰ ਤਾੜੀ ਮਾਂ ਦੇ ਨਾਲ ਸਤਿ ਸ਼੍ਰੀ ਅਕਾਲ ਜੀ। ਜਸ ਪੰਜਾਬੀ ਵੇਖਣ ਵਾਲਿਆਂ ਨੂੰ, ਸਾਰਿਆਂ ਨੂੰ ਬੜੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਪੂਰੀ ਦੁਨੀਆ 'ਚ ਲੋਕ ਜਸ ਪੰਜਾਬੀ ਵੇਖਦੇ ਨੇ, ਐਂਡ ਬਹੁਤ ਚੰਗਾ ਕੰਮ ਕਰ ਰਹੇ ਨੇ ਇਹ ਲੋਕ। ਔਰ ਅੱਜ ਦੇ ਟ੍ਰਿਪ ਬਾਰੇ ਦੱਸੋ ਕਿ ਅੱਜ ਆਪਾਂ ਇੱਥੇ ਕੀ ਕਰ ਰਹੇ ਹੈਗੇ ਹਾਂ। ਬੁਲਡਨ ਪਾਰਕ ਦੇ ਵਿੱਚ ਇੰਨੇ 7 ਤੋਂ 8 ਹਜ਼ਾਰ ਲੋਕ ਇੱਥੇ ਹੈਗੇ ਨੇ। ਮੇਰੇ ਖਿਆਲ ਹੈ ਕਿ ਹਰ ਇੱਕ ਬੰਦਾ ਜਿਹੜਾ ਵਿਦੇਸ਼ਾਂ 'ਚ ਰਹਿੰਦਾ ਹੈ, ਪੈਸੇ ਕਮਾਉਣ ਤੋਂ ਬਾਅਦ ਇਹ ਸੋਚਦਾ ਕਿ ਮੈਂ ਆਪਣੇ ਕਲਚਰ ਲਈ, ਆਪਣੀ ਭਾਸ਼ਾ ਲਈ ਕਰਾਂ। ਯੂਨਾਈਟਿਡ ਪੰਜਾਬੀ ਸੰਨੀ ਮੱਲੀ ਹੁਣੀ ਪੂਰੀ ਟੀਮ ਉਹਨਾਂ ਦੀ, ਔਰ ਸਪੋਰਟਸ ਕਲੱਬ ਮੈਰੀਲੈਂਡ ਨੇ ਜਿਹੜਾ ਇਹ ਇਵੈਂਟ ਕੀਤਾ ਹੈ, ਆਪਣੇ ਆਪ 'ਚ ਵਧਾਈ ਦੇ ਪਾਤਰ ਨੇ। ਕਿਉਂਕਿ ਬੱਚਿਆਂ ਨੂੰ ਪਤਾ ਲੱਗਦਾ ਕਿ ਤੁਸੀਂ ਕਿਸ ਜਗ੍ਹਾ ਦੇ ਨਾਲ ਜੁੜੇ ਹੋਏ ਹੋ, ਤੁਹਾਡਾ ਕਲਚਰ ਕੀ ਹੈ। ਦੁਨੀਆ 'ਚ ਕਿਧਰੇ ਚਲ ਜਾਓ, ਪਰ ਆਪਣੀ ਮਾਂ ਬੋਲੀ ਨੂੰ ਯਾਦ ਰੱਖਣਾ ਔਰ ਯਾਦ ਕਰਾਉਣਾ ਸਾਡਾ ਪਹਿਲਾ ਕੰਮ ਹੈ। ਜਸ ਪੰਜਾਬੀ ਦੇ ਸਾਰੇ ਵਿਊਜ਼ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਆਪਣਾ ਗਿਆਪਾਲ ਸਿੰਘ ਬਾਠ। ਅੱਜ ਆਪਾਂ ਬੁਲਰਨ ਪਾਰਕ ਦੇ ਵਿੱਚ ਹੈ, ਜਿੱਥੇ ਯੂਨਾਈਟਿਡ ਪੰਜਾਬੀ ਔਰ ਪੰਜਾਬੀ ਕਲੱਬ ਮੈਰੀਲੈਂਡ ਰਲ ਕੇ ਪੰਜਾਬੀ ਮੇਲਾ ਕਰਾ ਰਿਹਾ ਸਾਲਾਨਾ ਆਪਣਾ, ਜਿਹਦੇ ਵਿੱਚ ਇਸ ਟਾਈਮ ਗੁਰਸੇਵਕ ਮਾਨ ਅਤੇ ਹਰਭਜਨ ਮਾਨ ਦੋਨੋਂ ਮਾਨ ਬ੍ਰਦਰਸ ਗਾ ਰਹੇ ਨੇ। ਪਹਿਲਾਂ ਡੋਲੀਸ਼ਾ ਨੇ ਗਾਇਆ, ਮਿਸ ਪੂਜਾ ਨੇ ਗਾਇਆ, ਜੈਜ਼ ਧਾਮੀ ਵੀ ਇੱਥੇ ਪਹੁੰਚੇ, ਅਨੇਕਾਂ ਫਨਕਾਰ ਪਹੁੰਚੇ ਔਰ 8 ਤੋਂ 10 ਹਜ਼ਾਰ ਦਾ ਕਰਾਊਡ ਹੈ। ਪੀਪਲ ਆਰ ਹੈਵਿੰਗ ਫਨ। ਅੱਜ ਵਰਜੀਨੀਆ ਵਿਖੇ ਯੂਨਾਈਟਿਡ ਪੰਜਾਬੀ ਅਤੇ ਪੰਜਾਬੀ ਕਲੱਬ ਮੈਰੀਲੈਂਡ ਵੱਲੋਂ
जो पंजाबी मेला 2018 करवा रहा है उस दे विच सिख सेंटर वर्जीनिया मनासे दी संगतां हुम हुमा के पहुंचियां। पंजाब दे मनपसंदा गायक बब्बू मान पिछले वीक यूएसए टूर दे विच सन, जिन्हां ने वक्-वक् सूबयां दे विच पहुंच के लोगों का मनोरंजन किया। इस बार वारी सीगी अपने समाप्ति दी, जिथे उन्होंने यॉर्क कॉलेज पहुँच के लोगों का मनोरंजन करके उत्थे मौजूद लोगों नू खुश भी किया अपने संगीत के जरिए, अपनी गायकी के जरिए। की कुछ कैद होया साडे कैमरे दे विच, आओ पाने एक झलक। हरियाणा सिंह का पुराना मित्र है, सारे सुना के जाऊंगा, सात दिन जमे वेले कोई कम नहीं, सुना के जाऊंगा, चिंतन करो। शुरू 10 मिनट थोड़े नाल बोलने लगे, थोड़े वर्गे हो जाएंगे। हरियाणा साडा बड़ा पुराना सज्जन है, कई किस्से मैं याद आने कि साडा बड़ा प्यारा सज्जन आता से नागरा हरजीत बुगा, तो मेला करवाते होंगे उत्थे अहूजा साहब आते होंगे चरणजीत अहूजा, तो अहूजा साहब सामने बैठ जाते बहुत जो पुराने आर्टिस्ट से उन्होंने गल नहीं लगते कि सामने जो गाने वाला पसंद करके रिकॉर्ड ही नहीं कर लिया। बहुत बहुत शुक्रिया। ਸੁਣਦਾ ਹੈ ਨਾਰਦਾ ਸਭ ਰੱਖਦਾ ਹੈ ਮੁੰਡਾ ਵੀ ਕਿਤਾਰ ਦਾ ਸਭ ਮੁੱਖੀਆਂ ਨੂੰ ਭੁੱਲ ਜਾਏਗਾ।
ਤੇ ਫਿਲਹਾਲ ਜਸਟ ਕੈਮਰੇ ਦੀ ਨਜ਼ਰ ਦੇ ਵਿੱਚ ਅੱਜ ਇੰਨਾ ਹੀ। ਜੇਕਰ ਤੁਹਾਡੇ ਕੋਲ ਵੀ ਹਨ ਅਜਿਹੀਆਂ ਸਟੋਰੀਆਂ ਤੁਸੀਂ ਸਾਨੂੰ ਮੇਲ ਕਰ ਸਕਦੇ ਹੋ info@justbroadcasting.com, harkirat@justbroadcasting.com। ਫਿਲਹਾਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਨੂੰ ਹਰਕੀਰਤ ਸਿੰਘ ਆਲੂ ਵਾਲੇ ਨੂੰ ਦੋ ਇਜਾਜ਼ਤ, ਧੰਨਵਾਦ, ਸਤਿ ਸ਼੍ਰੀ ਅਕਾਲ।